ਸ਼ਹਿਰ ਵਿੱਚ ਜੀ ਚੋਰੀ ਦੀ ਵਾਰਦਾਤ ਜੇ ਹੁੰਦੀ ਹੈ ਤਾਂ ਸਾਰੀ ਸਾਡੀ ਪੁਲਿਸ ਰਾਜਪੁਰਾ ਪੁਲਿਸ ਬਹੁਤ ਚੌਕਸ ਆ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਅਸੀਂ ਪਹਿਲਾਂ ਵੀ ਬਹੁਤ ਰਿਕਵਰੀਆਂ ਕੀਤੀਆਂ ਨੇ ਅਤੇ ਅੱਗੇ ਵੀ ਕਰਦੇ ਰਹਾਂਗੇ। ਇਹ ਸਾਡੀ ਅੱਜ ਦੀ ਰਿਕਵਰੀ ਹੈ ਜਿਹੜੀ ਤੁਹਾਨੂੰ ਅਸੀਂ ਦੱਸੀ ਹੈ ਸਾਰੀ। ਇਹਦੇ ਵਿੱਚ ਅਸੀਂ 2 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ, 1 ਐਕਟਿਵਾ ਜੀ, ਅਤੇ ਟੋਟਲ 12 ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਨੇ ਜਿਹੜੇ ਵੱਖ ਵੱਖ ਥਾਂ ਤੋਂ ਖੋਹ ਹੋਏ ਹੋਏ ਨੇ। ਅਤੇ ਦੋਸ਼ੀ ਕਿੱਥੋਂ ਲੈਣ ਵਾਲੇ ਕਿੰਨੇ ਦੋਸ਼ੀ ਫੜੇ ਗਏ ਨੇ? ਟੋਟਲ ਦੋਸ਼ੀ 4 ਫੜੇ ਗਏ ਨੇ ਜੀ, ਅੱਡ ਅੱਡ ਮੁਕੱਦਮਿਆਂ ਵਿੱਚ। ਲੋਕਲ ਰਹਿਣ ਵਾਲੇ ਨੇ, ਕੋਈ ਨੇੜੇ ਤੇੜੇ ਰਾਜਪੁਰੇ ਦੇ ਰਹਿਣ ਵਾਲੇ ਨੇ। ਕੀ ਲੱਗਦਾ ਕਿ ਨਸ਼ਾ ਨੁਸ਼ਾ ਕਰਕੇ ਕਰਦੇ ਸਨ ਜਾਂ ਪਹਿਲਾਂ ਵੀ ਕ੍ਰਾਈਮ ਇਹਨਾਂ ਦੇ ਪਿਛਲੇ ਹੈਗਾ? ਇਹਨਾਂ ਦੀ ਜੀ ਤਫਤੀਸ਼ ਚੱਲ ਰਹੀ ਆ, ਪਰ ਜੋ ਮੁੱਖ ਕਾਰਨ ਆਇਆ ਇਹਨਾਂ ਦਾ ਵੀ ਨਸ਼ੇ ਦੀ ਤੋੜ ਨੂੰ ਮਿਟਾਉਣ ਲਈ ਇਹ ਕ੍ਰਾਈਮ ਕਰਦੇ ਨੇ। ਜਿਹੜੇ ਐਕਟਿਵਾ ਮਾਲਕ ਨੇ ਜਾਂ ਬਾਈਕ ਮਾਲਕ, ਉਹਨਾਂ ਨੂੰ ਪਤਾ ਲੱਗਾ ਕੋਈ ਕਿੱਥੋਂ? ਨਹੀਂ ਜੀ, ਹਾਲੇ ਅਸੀਂ ਇਹਨਾਂ ਦੀ ਰਿਕਵਰੀ ਕੀਤੀ ਆ, ਬਾਕੀ ਅਸੀਂ ਅੱਗੇ ਇਸ ਦੀ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਮਾਲਕਾਂ ਤੱਕ ਇਹਨਾਂ ਦੀ ਚੀਜ਼ਾਂ ਨੂੰ ਜ਼ਰੂਰ ਪਹੁੰਚਾਵਾਂਗੇ। ਜਿਹੜੇ ਮੋਬਾਈਲ ਚੋਰੀ ਦੇ ਮਿਲੇ ਨੇ, ਇੱਕੋ ਦੁਕਾਨ ਦੇ ਮਿਲੇ ਨੇ ਜਾਂ ਕਿਤੇ ਲੋਕਾਂ ਦੇ ਕੋਲ? ਅੱਡ ਅੱਡ ਲੋਕਾਂ ਦੇ ਵੀ ਮਿਲੇ ਗਏ ਨੇ ਜੀ, ਦੁਕਾਨਾਂ ਦੇ ਵੀ। ਟੋਟਲ 12 ਮੋਬਾਈਲ ਅਸੀਂ ਰਿਕਵਰ ਕੀਤੇ। ਕਈ ਸੋਨੇ ਦੇ ਗਹਿਣੇ ਵੀ ਔਰਤਾਂ ਦੇ ਚੋਰੀ ਹੋਏ ਨੇ, ਉਹਨਾਂ ਦੀ ਕੋਈ ਰਿਕਵਰੀ ਹੋਈ ਹੈ ਹੁਣ ਤੱਕ? ਉਹਨਾਂ ਦੀ ਜੀ ਪਿੱਛੇ ਅਸੀਂ ਰਿਕਵਰੀਆਂ ਕੀਤੀਆਂ ਨੇ, ਪਰ ਹੁਣ ਜਿਹੜੀ ਤੁਸੀਂ ਕਹਿ ਰਹੇ ਹੋ ਅੱਜ ਦੀ ਡੇਟ ਵਿੱਚ ਕੋਈ ਨਹੀਂ ਹੈਗੀ। ਸਾਡੇ ਸੋਰਸ ਪੂਰੇ ਲਾਏ ਹੋਏ ਨੇ, ਸਾਡੀ ਰਾਜਪੁਰਾ ਪੁਲਿਸ ਦੀ ਪੂਰੀ ਟੀਮ ਚੌਕਸ ਆ, ਅਤੇ ਅਸੀਂ ਜਲਦ ਹੀ ਸਾਰੀਆਂ ਰਿਕਵਰੀਆਂ ਕਰ ਲਵਾਂਗੇ। ਇਹਨਾਂ 'ਤੇ ਚੋਰੀ ਦੀਆਂ ਧਾਰਾਂ ਦੇ ਤਹਿਤ ਮੁਕੱਦਮੇ ਦਰਜ ਕੀਤੇ ਨੇ ਅਤੇ ਖੋਹ ਦੀ ਧਾਰਾ ਦੇ ਤਹਿਤ ਕੀਤੇ। ਰਾਜਪੁਰਾ ਦੇ ਭੋਗਲਾ ਰੋਡ 'ਤੇ ਕਾਫੀ ਵਾਰਦਾਤ ਹੁੰਦੇ ਨੇ, ਉਹਦੇ ਨੂੰ ਲੈ ਕੇ ਕੋਈ ਪੁਲਿਸ ਕਿੰਨੀ ਕੁ ਤੈਨਾਤ ਕੀਤੀ ਗਈ? ਉਹਨੂੰ ਲੈ ਕੇ ਜੀ ਅਸੀਂ ਸਾਡੀ PCR ਦੀਆਂ ਪੂਰੇ ਸ਼ਹਿਰ ਵਿੱਚ 5 ਪਾਰਟੀਆਂ ਹਰ ਸਮੇਂ ਤੈਨਾਤ ਰਹਿੰਦੀਆਂ ਨੇ 24 ਘੰਟੇ। ਉਸ ਤੋਂ ਇਲਾਵਾ ਸਾਡੇ ਚੌਂਕੀ ਇੰਚਾਰਜ ਕਸਤੂਰਬਾ, ਚੌਂਕੀ ਇੰਚਾਰਜ ਫੋਕਲ ਪੁਆਇੰਟ ਅਤੇ ਸਾਡੇ ਥਾਣੇ ਦੀ, ਤਿੰਨਾਂ ਸਾਡੀ ਪਾਰਟੀਆਂ ਦੀ ਟੀਮ ਹਰ ਵੇਲੇ ਸ਼ਹਿਰ ਵਿੱਚ ਚੌਕਸੀ ਨਾਲ ਪੂਰੀ ਗਸ਼ਤ ਕਰਦੀਆਂ ਰਹਿੰਦੀਆਂ। ਉਹਦੇ ਬਾਰੇ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗਾ ਜੀ, ਜਿਹੜੀ ਪੁਲਿਸ ਆ ਪੂਰੀ ਮੁਸਤੈਦ ਆ, ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੀ ਆ। ਮੇਰੀ ਰਿਕੁਐਸਟ ਵੀ ਆ ਸਾਰਿਆਂ ਨੂੰ ਵੀ ਇਸਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਜਿਹੜੇ ਕ੍ਰਾਈਮ ਹੋ ਰਹੇ ਨੇ ਸਾਨੂੰ ਰਿਪੋਰਟਿੰਗ ਕੀਤੀ ਜਾਵੇ ਤਾਂ ਜੋ ਅਸੀਂ ਉਸਦਾ ਹੱਲ ਲੱਭ ਸਕੀਏ ਅਤੇ ਉਸਨੂੰ ਜਲਦ ਤੋਂ ਜਲਦ ਟਰੇਸ ਕਰ ਸਕੀਏ। ਹਾਂ, ਮੇਰੀ ਇਹ ਵੀ ਅਪੀਲ ਆ ਸਾਰਿਆਂ ਨੂੰ, ਜੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ ਆ ਜਾਂ ਕੋਈ ਸ਼ੱਕੀ ਆਦਮੀ ਕਿਸੇ ਨੂੰ ਲੱਗਦਾ ਤਾਂ ਸਾਨੂੰ ਇਨਫੋਰਮੇਸ਼ਨ ਟਾਈਮਲੀ ਦਿੱਤੀ ਜਾਵੇ ਤਾਂ ਜੋ ਅਸੀਂ ਉਸ 'ਤੇ ਐਕਟ ਕਰ ਸਕੀਏ। ਸਰ, ਕੁਝ ਪੋਲੀਟੀਕਲ ਬੰਦਿਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਆਰੋਪੀ ਨਾ ਫੜੇ ਗਏ ਤਾਂ ਕੱਲ੍ਹ ਅਸੀਂ 1 ਵਜੇ ਬਾਜ਼ਾਰ ਬੰਦ ਕਰਕੇ ਧਰਨਾ, ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ ਹੁਣ, ਕਿਉਂਕਿ ਆਰੋਪੀ ਫੜੇ ਗਏ ਹੈ? ਜੇ ਅਸੀਂ ਆਰੋਪੀ ਫੜਦੇ ਹਾਂ, ਥੋੜ੍ਹਾ ਤੁਸੀਂ ਸਮਝੋ ਇਸ ਗੱਲ ਨੂੰ, ਜਦ ਕ੍ਰਾਈਮ ਹੁੰਦਾ ਉਸਨੂੰ ਸਾਨੂੰ ਟੈਕਨੀਕਲ ਢੰਗ ਨਾਲ ਟਰੇਸ ਕਰਨ ਵਿੱਚ ਥੋੜ੍ਹਾ ਜਿਹਾ ਟਾਈਮ ਲੱਗਦਾ। ਸਾਨੂੰ ਉਹ ਟਾਈਮ ਸਾਨੂੰ ਮਿਲਣਾ ਚਾਹੀਦਾ, ਜਿਵੇਂ ਅਸੀਂ ਆਹ ਹੁਣ ਇੰਨੇ ਰਿਕਵਰੀ ਕੀਤੀ ਆ, ਜਿਹੜੀ ਅੱਜ ਇਹ ਰਿਕਵਰੀ ਹੋਈ ਆ ਇਹ ਵੀ ਸਾਡੀ ਟੈਕਨੀਕਲ ਟੀਮ ਦੀ ਹੈਲਪ ਨਾਲ ਅਤੇ ਪੁਲਿਸ ਦੀ ਮੁਸਤੈਦੀ ਨਾਲ ਹੀ ਹੋਈ ਆ। ਜਿਹੜੀ ਹੁਣ ਹੋਰ ਵੀ ਤੁਸੀਂ ਕ੍ਰਾਈਮ ਦੀ ਕਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਅਸੀਂ ਟਰੇਸ ਕਰਕੇ ਦਿਖਾਉਂਦੇ। ਸਰ, ਲੋਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ, ਲੋਕਾਂ 'ਚ ਦਹਿਸ਼ਤ ਦਾ? ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਜੀ, ਡਰ ਦੀ ਭਾਵਨਾ ਮਨ ਵਿੱਚ ਬਿਲਕੁਲ ਨਾ ਲੈ ਕੇ ਆਓ, ਤੁਸੀਂ ਰਾਜਪੁਰੇ ਵਿੱਚ ਬਿਲਕੁਲ ਸੇਫ ਹੋ, ਸਾਡੀ ਸਾਰੀ ਟੀਮ ਤੁਹਾਡੇ ਲਈ ਹਮੇਸ਼ਾ ਹਾਜ਼ਰ ਆ, ਹਮੇਸ਼ਾ ਡਿਊਟੀ ਵਿੱਚ ਅਸੀਂ ਤਤਪਰ ਹਾਂ ਤੁਹਾਡੇ ਲਈ, ਅਤੇ ਕਿਰਪਾ ਕਰਕੇ ਡਰ ਦਾ ਮਾਹੌਲ ਨਾ ਬਣਾਇਆ ਜਾਵੇ ਅਤੇ ਆਪਣਾ ਮਾਹੌਲ ਰਾਜਪੁਰੇ ਦਾ ਸ਼ਾਂਤਨੁਮਾ ਹੋਣਾ। ਸਰ, ਕਿਹੜੇ ਲੋਕ ਨੇ ਜਿਹੜੇ ਯਾਨੀ ਕਿ ਵੀ ਅੱਜ ਦਿਨ ਪਰ ਦਿਨ ਵੱਧਦੇ ਚਲੇ ਜਾ ਰਹੇ ਨੇ, ਆਪਣੇ ਜਿਹੜੀ ਇੰਸੀਡੈਂਟਸ ਹੈਗੀਆਂ, ਸਨੈਚਿੰਗ ਹੋ ਗਈ, ਹੋਰ ਹੋ ਗਿਆ, ਕਈ ਚੀਜ਼ਾਂ ਵੱਧ ਗਈਆਂ ਜੀ ਇੱਥੇ? ਜਿਹੜੇ ਵੱਖ ਵੱਖ ਲੋਕ ਹੁੰਦੇ ਨੇ ਜੀ, ਇਹ ਤਾਂ ਹੁਣ ਕ੍ਰਾਈਮ ਸੋਲਵ ਕਰੇ ਅਤੇ ਇਨਵੈਸਟੀਗੇਟ ਕਰੇ ਅਤੇ ਉਹਨੂੰ ਜੇ ਅਸੀਂ ਫੜਦੇ ਹਾਂ ਫਿਰ ਪਤਾ ਲੱਗਦਾ ਕੌਣ ਨੇ ਜੀ। ਸਰ, ਕੁਛ ਪੋਲੀਟੀਕਲ ਤਾਂ ਮੈਂ ਲੱਗਦਾ ਜਿੱਦਾਂ ਮੈਂ ਵਾਰਤਮ ਦੇਖਦੇ ਹੋ, ਪੋਲੀਟੀਕਲ ਕੁਛ ਜ਼ਿਆਦਾ ਹੀ ਮਤਲਬ ਇਸ ਚੀਜ਼ ਨੂੰ ਐਕਸਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ।
ਵੀ ਮੈਂ ਦੁਬਾਰਾ ਰਿਕੁਐਸਟ ਕਰੂੰਗਾ ਵੀ ਇਸ ਚੀਜ਼ ਨੂੰ ਪੋਲੀਟੀਕਲ ਰੰਗਤ ਨਾ ਦਿੱਤੀ ਜਾਵੇ। ਇੱਕ ਰਾਜਪੁਰ ਆਪਣਾ ਬੜਾ ਸ਼ਾਂਤਨੁਮਾ ਸ਼ਹਿਰ ਆ, ਇਸ ਨੂੰ ਇਸਦਾ ਮਾਹੌਲ ਨਾ ਖਰਾਬ ਕੀਤਾ ਜਾਵੇ।